ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਕਿਸੇ ਵੀਰ ਨੂੰ ਨੌਕਰੀ ਮਿਲ ਜਾਏ 10-20 ਹਜ਼ਾਰ ਰੁਪਇਆ ਤਾਂ ਉਹ ਵੀਰ ਫਿਰ ਭੁੱਲ ਜਾਂਦਾ ਹੈ ਕਹਿੰਦੇ ਗਰਭ ਕਰਨ ਲੱਗ ਪੈਂਦਾ ਹੰਕਾਰ ਕਰਦਾ ਪਰ ਗੁਰੂ ਪ੍ਰੇਮੀਓ ਜਦੋਂ ਕਿਤੇ ਨੁਕਸਾਨ ਹੋ ਜਾਏ ਤਾਂ ਫਿਰ ਰੋਣ ਲੱਗ ਪੈਂਦਾ ਇਨਸਾਨ ਦੀ ਫਿਕਰਤ ਕਿਉਂਕਿ ਇਨਸਾਨ ਤਿੰਨ ਪ੍ਰਕਾਰ ਦੇ ਨਾਲ ਬੱਝਿਆ ਹੋਇਆ ਹੈ ਮਨ ਤਕ ਕਰਮ ਰਸ ਭਾਵ ਜੋ ਮਨ ਤੋਂ ਪੈਦਾ ਹੋਣ ਵਾਲੇ ਕਰਮ ਹਨ ਜ਼ੁਬਾਨ ਤੋਂ ਪੈਦਾ ਹੋਣ ਵਾਲੇ ਕਰਮ ਹਨ ਔਰ ਜੋ ਸਰੀਰ ਦੇ ਨਾਲ ਕਮਾਉਣ ਵਾਲੇ ਕਰਮ ਹਨ ਇਹਨਾਂ ਤਿੰਨਾਂ ਵਸਤੂਆਂ ਦੇ ਵਿੱਚ ਇਨਸਾਨ ਬੱਝਿਆ ਹੋਇਆ ਹੈ ਸੋ ਇਸ ਲਈ ਇਸ ਤਰ੍ਹਾਂ ਹੈ ਮਨ ਦੇ ਅੰਦਰ ਕੋਈ ਖਿਆਲ ਪਨਪ ਲੈਂਦਾ ਹੈ ਮਨ ਦੇ ਅੰਦਰ ਕੋਈ ਭਾਵਨਾ ਉਤਪੰਨ ਹੋ ਗਈ ਚਾਹੇ ਉਹ ਚੰਗੀ ਹੋਵੇ ਜਾਂ ਮਾੜੀ ਹੋਵੇ ਮੰਨ ਲਓ ਕਿ ਮਨ ਨੇ ਖਿਆਲ ਕੀਤਾ ਹੈ ਕਿ ਉਸ ਇਨਸਾਨ ਦੇ ਕੋਲ ਘੜੀ ਬਹੁਤ ਵਧੀਆ ਹੈ ਕਾਸ਼ ਕੀ ਘੜੀ ਮੇਰੇ ਕੋਲ ਹੈ ਮਨ ਦੇ ਅੰਦਰ ਲਾਲਸਾ ਤਾਂ ਹੁਣ ਮਨ ਕੀ ਸੋਚਦਾ ਹੈ ਕਿ ਮੇਰੇ ਕੋਲ ਹੋਣੀ ਚਾਹੀਦੀ ਹੈ ਤਾਂ ਗੁਰੂ ਪ੍ਰੇਮੀਓ ਜਿਹੜੇ ਤਾਂ ਚੰਗੇ ਬੰਦੇ ਆ ਉਹ ਸਰੀਰ ਦੇ ਨਾਲ ਕਰਮ ਕਰਦੇ ਆ ਤੇ ਪੈਸਾ ਕਮਾ ਕੇ ਘੜੀ ਖਰੀਦ ਲੈਂਦੇ ਪਰ ਜਿਹੜੀ ਮਾੜੀ ਸੋਚ ਹੈ ਉਹ ਜ਼ੁਬਾਨ ਤੋਂ ਦੂਸਰੇ ਸਾਥੀ ਨੇ ਕਹਿੰਦੇ ਵੀ ਫਲਾਣੇ ਬੰਦੇ ਦੀ ਘੜੀ ਬਹੁਤ ਵਧੀਆ ਹੈ ਜੇ ਆਪਾਂ ਖੋ ਲਈਏ ਇਹ ਮਾੜੀ ਸੋਚ ਕਹਿੰਦੇ ਦੋ ਬੰਦੇ ਨੇ ਭਾਵ ਪਹਿਲਾਂ ਮਨ ਤੋਂ ਖਿਆਲ ਆਇਆ ਤੇ ਜ਼ੁਬਾਨ ਤੋਂ ਬੋਲ ਦਿੱਤਾ ਵਚਨ